ਮੋਦੀ ਸਰਕਾਰ ਦਾ ਕੱਲ ਸੰਪੂਰਨ ਆਖਰੀ ਬਜਟ ਹੈ ਜਿਹੜਾ ਉਹ ਪੇਸ਼ ਹੋਣ ਜਾ ਰਿਹਾ ਖੀਰਕਾਰ ਪੰਜਾਬ ਨੂੰ ਇਸ ਵਿੱਚ ਕੀ ਮਿਲਣ ਵਾਲਾ ਤੇ ਕੀ ਪੰਜਾਬ ਉਮੀਦ ਰੱਖਦਾ ਹੈ ਇਹ ਸਾਰੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੁਖਦੇਵ ਸਿੰਘ ਢੀਂਸਾ ਢੀਂਸਾ ਸਾਹਿਬ ਤੁਸੀਂ ਤਜਰਬੇਕਾਰ ਲੀਡਰ ਹੋ ਮੈਂਬਰ ਪਾਰਲੀਮੈਂਟ ਰਹੇ ਰਾਜ ਸਭਾ ਮੈਂਬਰ ਰਹੇ ਤੁਹਾਡੇ ਹਿਸਾਬ ਦੇ ਨਾਲ ਪੰਜਾਬ ਨੂੰ ਕੀ ਚਾਹੀਦਾ ਹੈ ਇਸ ਵਕਤ ਜੋ ਕੱਲ ਮਿਲਣਾ ਚਾਹੀਦਾ ਹੈ ਦੇਖੋ ਸਭ ਤੋਂ ਵੱਡੀ ਗੱਲ ਤਾਂ ਵੀ ਕਿਸਾਨੀ ਇਹ ਜਿਹੜੀ ਐਗਰੀਕਲਚਰ ਬੇਸਡ ਇਕਨੋਮੀ ਹੈ ਸਾਡੀ ਔਰ ਖਾਸ ਕਰਕੇ ਪੰਜਾਬ ਚ ਐਗਰੀਕਲਚਰ ਦੇ ਬਹੁਤ ਬਾਲਾ ਕਿਸਾਨੀ ਜਥੇਬੰਦੀਆਂ ਨੇ ਜਿਹੜੀਆਂ ਕੋਈ ਅੱਜ ਕੱਲ ਲੀਡ ਕਰ ਰਹੀਆਂ ਸਭ ਤੋਂ ਪਹਿਲਾਂ ਇਹ ਹੈ ਕਿ ਅੱਜ ਇੱਕ ਖੁਸ਼ੀ ਦੀ ਗੱਲ ਹੈ ਕਿ ਅੱਜ ਉਹਦਾ ਤੋਮਰ ਸਾਹਿਬ ਦੀ ਸਟੇਟਮੈਂਟ ਛਪੀ ਹੈ ਕਿ ਅਸੀਂ ਜਿਹੜੇ ਜੀ ਫੂਡ 20 ਵਾਲੇ ਕਹਿ ਰਹੇ ਸੀਗੇ ਵੀ ਸਬਜ਼ੀਆਂ ਬੰਦ ਕਰੋ ਨੇ ਕੇ ਅਸੀਂ ਪਾਲਿਸੀ ਚੇਂਜ ਨਹੀਂ ਕਰਦੇ ਉਸ ਤੋਂ ਇਲਾਵਾ ਕਿਸਾਨਾਂ ਦਾ ਹੋਰ ਧਿਆਨ ਰੱਖਣਾ ਚਾਹੀਦਾ ਇਸ ਬਜਟ ਵਿੱਚ ਕਿਸਾਨਾਂ ਦਾ ਮਜ਼ਦੂਰਾਂ ਦਾ ਔਰ ਔਰਤਾਂ ਦਾ ਔਰ ਐਸੀ ਖਾਸ ਕਰਕੇ ਉਹ ਜਿਵੇਂ ਐਸੀ ਬੱਚਿਆਂ ਦਾ ਉਹ ਬੰਦ ਹੋਇਆ ਹੋਇਆ ਬੜਾ ਔਖਾ ਹੈ ਪੰਜਾਬ ਦੇ ਬੱਚਿਆਂ ਦਾ ਐਸੀ ਬੱਚਿਆਂ ਦਾ ਉਹਨਾਂ ਦਾ ਦੁਬਾਰਾ ਕਾਇਮ ਕਰਨਾ ਚਾਹੀਦਾ ਜੇ ਪੰਜਾਬ ਸਰਕਾਰ ਦੀ ਨਲਕੀ ਕਰਕੇ ਹੀ ਹੁੰਨੇ ਰੁਕਿਆ ਹੋਇਆ ਤਾਂ ਵੀ ਇਹ ਹੈ ਵੀ ਸੈਂਟਰ ਨੂੰ ਸੋਚਣਾ ਚਾਹੀਦਾ ਕਿ ਗਰੀਬ ਜਨਤਾ ਦੇ ਲੜਕੀ ਬੱਚੇ ਨੇ ਜਿਹੜੇ ਉਹਨਾਂ ਨੂੰ ਜ਼ਰੂਰ ਮਿਲੇ ਉਹ ਵੀ ਹੋਣਾ ਚਾਹੀਦਾ ਬਾਕੀ ਸਰਕਾਰ ਨੇ ਸਾਰੀਆਂ ਦੇਖਣਾ ਹੁੰਦਾ ਇੰਡਸਟਰੀ ਦਾ ਵੀ ਦੇਖਣਾ ਹੁੰਦਾ ਇਹ ਬਸ ਤੀ ਤੋਂ ਜੇਕਰ ਗੱਲ ਕੀਤੀ ਆਵੇ ਕੋਵਿਡ ਦਰਮਿਆਨ ਕਾਫੀ ਇੰਡਸਟਰੀ ਜਿਹੜੀ ਬੰਦ ਹੋਈ ਹੈ ਤਾਂ ਲੱਗਦਾ ਕਿ ਉਹ ਬਜਟ ਦੇ ਵਿੱਚ ਅਹਿਮ ਹਿੱਸਾ ਰਹਿਣ ਵਾਲਾ ਹੈ ਕਿ ਬਜਟ ਦੇ ਵਿੱਚ ਉਸ ਦਾ ਲੱਗ ਹਿੱਸਾ ਰੱਖਿਆ ਜਾਵੇ ਜੋ ਇੰਡਸਟਰੀ ਨੂੰ ਦੁਬਾਰਾ ਜਿਹੜਾ ਲੇਕੇ ਆਂਦਾ ਜਾਵੇ ਦੇਖੋ ਜੀ ਇੰਡਸਟਰੀ ਤਬੇ ਸੈਕ ਅਗਰ ਗੱਲ ਤੋਂ ਬਾਅਦ ਇੰਡਸਟਰੀ ਹੈ ਜਿਹੜੀ ਕਿਸੇ ਸਟੇਟ ਦੀ ਇਕਨੋਮੀ ਨੂੰ ਅੱਗੇ ਲਿਜਾ ਸਕਦੀ ਹੈ ਖਾਸ ਕਰਕੇ ਪੰਜਾਬ ਦੀ ਇਕਨੋਮੀ ਨੂੰ ਲੇਕਿਨ ਗੱਲ ਇਹ ਆ ਵੀ ਦੂਜੇ ਗਰੀਬ ਜਨਤਾ ਦਾ ਵੀ ਧਿਆਨ ਰੱਖ ਕੇ ਤੇ ਇੰਡਸਟਰੀ ਨੂੰ ਵੀ ਵਧਾਵਾ ਦੇਣਾ ਚਾਹੀਦਾ ਇੱਥੇ ਇਹ ਹੁਣ ਵਕਤ ਦੱਸੂਗਾ ਤੇ ਹੁਣ ਕੱਲ ਹੀ ਪਤਾ ਲੱਗੂ ਪਰ ਪਹਿਲੀ ਤਾਰੀਖ ਨੂੰ ਪਤਾ ਲੱਗੂ ਵੀ ਆਪਦੇ ਪਟਾਰੀ ਜੋ ਕੀ ਕਰਦੇ ਆ ਅੱਜ ਪ੍ਰੈਜ਼ੀਡੈਂਟ ਵੱਲੋਂ ਆਪਣਾ ਇੱਕ ਬਿਆਨ ਆਪਣਾ ਭਾਸ਼ਣ ਦਿੱਤਾ ਗਿਆ ਹੈ ਪਹਿਲਾ ਭਾਸ਼ਣ ਸੀ ਪ੍ਰੈਜ਼ੀਡੈਂਟ ਦਾ ਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਦੇ ਹਿੱਤਾਂ ਲਈ ਸਰਕਾਰ ਹੈ ਕਿ ਲੱਗਦਾ ਕਿ ਵਾਕਈ ਮਹਿਲਾਵਾਂ ਦੇ ਹਿੱਤਾਂ ਲਈ ਸਰਕਾਰ ਹੈ ਜਿਹੜੀ ਉਹ ਕੰਮ ਕਰ ਰਹੀ ਹੈ ਤੇ ਬਜਟ ਦੇ ਵਿੱਚ ਉਹਨਾਂ ਲਈ ਕੁਝ ਐਮ ਰਹਿਣ ਵਾਲਾ ਹੈ ਦੇਖੋ ਜੀ ਐਮ ਤਾਂ ਰਹਿਣਾ ਚਾਹੀਦਾ ਵੈਸੇ ਜਿਵੇਂ ਇਹ ਬਿਲਕੁਲੀ ਇਹਨਾਂ ਨੇ ਧੋਖਾ ਕੀਤਾ ਹਰਤਾ ਨਾਲ ਵੋਟਾਂ ਲੈ ਲੀਆਂ ਆਮ ਆਦਮੀ ਪਾਰਟੀ ਨੇ ਤੇ ਇਹ ਕਹਿੰਦਾ ਵੀ 1000 ਰੁਪਏ ਤੁਹਾਡੇ ਖਾਤੇ 'ਚ ਪਾਵਾਂਗੇ ਮੁੜ ਕੇ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਸੁਖਦੇਵ ਟਿੰਨ ਦਾ ਸਾਡਾ ਮਜੂਦ ਸਨ ਜਿਨ੍ਹਾਂ ਨੇ ਆਪਣੇ ਵਿਚਾਰ ਨੇ ਜਿਹੜੇ ਉਹ ਸਾਂਝੇ ਕੀਤੇ ਨੇ ਕਿ ਐਸਸੀ ਸਕਾਲਰਸ਼ਿਪ ਜਿਹੜੀ ਉਹ ਮੁੜ ਤੋਂ ਬਹਾਲ ਹੋਣੀ ਚਾਹੀਦੀ ਆ ਤੇ ਕਿਸਾਨਾਂ ਲਈ ਵੀ ਜਿਹੜਾ ਲਗ ਤੋਂ ਬਜਟ ਦੇ ਵਿੱਚ ਹਿੱਸਾ ਰੱਖਣ ਵਾਲਾ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਮੋਦੀ ਸਰਕਾਰ ਤੇ ਪਟਾਰੇ ਵਿੱਚੋਂ ਪੰਜਾਬ ਲਈ ਕੀ ਨਿਕਲ ਕੇ ਜਿਹੜਾ ਉਹ ਸਾਹਮਣੇ ਆਉਂਦਾ ਹੈ ਵੀਡੀਓ ਜਰਨਲਿਸਟ ਸ਼ਿਵਮ ਦੇ ਨਾਲ ਮੈਂ ਸਮਰਪਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ